ਸ੍ਰੀਕਾਲ ਜੀ ਸਾਰਿਆਂ ਨੂੰ। ਤੁਸੀਂ ਦੇਖ ਰਹੇ ਹੋ ਇੰਡੀਆ ਨਾਲ 24 ਬੀਤੀ ਰਾਤ 7 ਤੋਂ 8 ਵਜੇ ਦੇ ਵਿਚਾਲੇ ਜੀ ਟੀ ਰੋਡ ਫੋਕਲ ਪੁਆਇੰਟ ਵਿਖੇ ਇੱਕ ਆਰਾ ਜਿੱਥੇ ਅੱਗ ਲੱਗੀ। ਅੱਗ ਦਾ ਜਿਹੜੀ ਵਜ੍ਹਾ ਦੱਸੀ ਜਾ ਰਹੀ ਹੈ ਸ਼ੋਰਟ ਸਰਕਟ ਦੱਸੀ ਜਾ ਰਹੀ ਹੈ, ਜਿੱਥੇ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਟਾਈਮ ਸਿਰ ਪਹੁੰਚ ਕੇ ਅੱਗ 'ਤੇ ਜਿਹੜਾ ਕਾਬੂ ਪਾ ਲਿਆ ਅਤੇ ਕੋਈ ਵੀ ਜਾਨ ਦਾ ਕੋਈ ਨੁਕਸਾਨ ਨਹੀਂ ਹੋਇਆ। ਇਹ ਜਿਹੜਾ ਆਰਾ ਲਾਈਨਾਂ ਦੇ ਬਿਲਕੁਲ ਨਾਲ ਲੱਗਦਾ। ਕੈਮਰਾ ਪਰਸਨ ਨਾਰਕੇਸ਼ ਕੁਮਾਰ ਛਾਬੜਾ ਦੀ ਰਿਪੋਰਟ। ਚਲੋ 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 ਚਲੋ।